ਸਤਿ ਸ਼੍ਰੀ ਅਕਾਲ ਐਮ ਐਚ 1 ਨਿਊਜ਼ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆਂ। ਮੈਂ ਹਾਂ ਨਵਨੀਤ ਸਿੰਘ ਬਦਵਾ ਤੇ ਲੈ ਕੇ ਹਾਜ਼ਰ ਹਾਂ ਅੱਜ ਦਾ ਪਖਦਾ ਮਸਲਾ। ਪਖਦਾ ਮਸਲਾ ਸਿਆਸੀ, ਪਖਦਾ ਮਸਲਾ ਧਾਰਮਿਕ ਔਰ ਪਖਦਾ ਮਸਲਾ ਐਸਜੀਪੀਸੀ ਤੋਂ ਜੁੜਿਆ। ਗੱਲ ਸਹਿਜਧਾਰੀਆਂ ਦੀ, ਸਹਿਜਧਾਰੀਆਂ ਦੇ ਵੋਟ ਅਧਿਕਾਰ ਦੀ, ਕਿਉਂਕਿ ਇੱਕ ਵਾਰ ਫਿਰ ਤੋਂ ਇੱਕ ਵੱਡਾ ਝਟਕਾ ਸੁਪਰੀਮ ਕੋਰਟ ਤੋਂ ਸਹਿਜਧਾਰੀਆਂ ਨੂੰ। ਇਹ ਰਿਪੋਰਟ ਵੇਖੋ, ਉਸ ਤੋਂ ਬਾਅਦ ਇਸ ਮਸਲੇ ਤੇ ਚਰਚਾ ਕਰਾਂਗੇ। ਪੰਜਾਬ ਦੀ ਸਿਆਸਤ ਵਿੱਚ ਸਹਿਜਧਾਰੀਆਂ ਨੂੰ ਲੈ ਕੇ ਅਕਸਰ ਸਿਆਸਤ ਹੁੰਦੀ ਆਈ ਹੈ ਅਤੇ ਚੋਣਾਂ ਤੋਂ ਪਹਿਲਾਂ ਤਾਂ ਅਕਸਰ ਇਹ ਮਸਲਾ ਗਰਮਾਉਂਦਾ ਹੈ। ਪਿਛਲੀਆਂ ਚੋਣਾਂ ਤੋਂ ਪਹਿਲਾਂ ਵੀ ਸਹਿਜਧਾਰੀਆਂ ਦੇ ਚੋਣ ਅਧਿਕਾਰ ਨੂੰ ਲੈ ਕੇ ਜਮ ਕੇ ਸਿਆਸਤ ਹੋਈ ਸੀ ਅਤੇ ਇੱਕ ਵਾਰ ਫਿਰ ਇਸ ਵਾਰ ਦੀ ਚੋਣ ਤੋਂ ਪਹਿਲਾਂ ਲੱਗ ਰਿਹਾ ਕਿ ਇਹ ਮਸਲਾ ਪਕ ਸਕਦਾ ਹੈ। ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਸਹਿਜਧਾਰੀਆਂ ਦੇ ਵੋਟਿੰਗ ਅਧਿਕਾਰ ਨੂੰ ਲੈ ਕੇ ਸੁਣਵਾਈ ਹੋਈ, ਜਿਸ ਵਿੱਚ ਸਹਿਜਧਾਰੀਆਂ ਨੂੰ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਵੋਟ ਅਧਿਕਾਰ ਖਾਰਿਜ ਕਰ ਦਿੱਤੇ। आज सहजधारी सिखों का गुरुद्वारा इलेक्शंस में, श्रोमणी गुरुद्वारा प्रबंधक कमेटी की इलेक्शंस में वोटिंग राइट का जो मामला था उस पर केस लगा था और मानयोग्य सुप्रीम कोर्ट ने आज फैसला दिया है कि जो पार्लियामेंट में पिछले दिन ही अमेंडमेंट हुई थी सहजधारी सिखों के वोट अधिकार को खत्म करने की, उसके चलते हुए जो इलेक्शंस हुई थी एसजीपीसी की पिछली 2011 की, वो इलेक्शन सेट असाइड की गई थी सुप्रीम कोर्ट से, आज वो बहाल कर दी गई हैं और सहजधारी सिखों का जो वोटिंग राइट पार्लियामेंट ने खत्म किया था वो आज खत्म माना जाता है। हालांकि सहजधारी फेडरेशन के चेयरमैन परमजीत सिंह राणू ने दसिया कि अजे भी उम्मीद है। जैसे ये अमेंडमेंट जो अभी पार्लियामेंट की तरफ से हुई थी इसमें भी कुछ रीजनिंग्स और ऑब्जेक्ट्स हैं जिन्हें कंसीडर नहीं किया गया, उन्हें चैलेंज करने के लिए हमें लिबर्टी दे दी गई है। उत्थे ही सुप्रीम कोर्ट के फैसले तो बाद श्रोमणी गुरुद्वारा प्रबंधक कमेटी ने भी अपनी प्रतिक्रिया दी। पिछले काफी सालों से श्रोमणी गुरुद्वारा प्रबंधक कमेटी की तरफ से एक बहुत बड़ा सही तारी लोगों के वोट के लिए संघर्ष किया जा रहा था, आज उसका फैसला सुप्रीम कोर्ट ऑफ इंडिया ने जो 2011 का हाउस इलेक्ट हुआ था उसको बहाल करते हुए उस प्रबंध को सुचारू ढंग से चलाने में अपना जो फैसला दिया है मैं उसका हार्दिक स्वागत करता हूँ। सहजधारियों के मसले से सियासत एक बार फिर तो पक गई है और चोणों तो पहला हर बार यह मसला भी पक ही जाता है। ब्यूरो रिपोर्ट MH1 न्यूज। ਵੱਡਾ ਸਵਾਲ ਲਗਾਤਾਰ ਇਹੀ ਬਣਿਆ ਹੋਇਆ ਹੈ ਕਿ ਸਹਿਜਧਾਰੀਆਂ ਤੇ ਵੋਟਿੰਗ ਰਾਈਟਸ ਨੂੰ ਲੈ ਕੇ ਮਾਮਲਾ ਸੁਪਰੀਮ ਕੋਰਟ 'ਚ ਸੀਗਾ। ਹਾਲਾਂਕਿ ਗੁਰਦੁਆਰਾ ਐਕਟ ਨੂੰ ਸੋਧ ਕਰਕੇ ਪਾਸ ਕਰ ਦਿੱਤਾ ਗਿਆ ਸੀ ਲੋਕ ਸਭਾ ਰਾਜ ਸਭਾ ਦੋਹਾਂ, ਜਿਸ ਤੋਂ ਬਾਅਦ ਵੋਟਿੰਗ ਰਾਈਟਸ ਪਹਿਲਾਂ ਹੀ ਖਤਮ ਕਰ ਦਿੱਤੇ ਗਏ ਸੀ, ਲੇਕਿਨ ਇੱਕ ਵਾਰ ਸੁਪਰੀਮ ਕੋਰਟ ਨੇ ਵੀ ਅੱਜ ਇੱਕ ਵੱਡਾ ਝਟਕਾ ਦਿੰਦੇ ਹੋਏ ਵੋਟਿੰਗ ਰਾਈਟਸ ਰੱਦ ਕਰ ਦਿੱਤੇ ਨੇ ਸਹਿਜਧਾਰੀਆਂ ਤੇ, ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਇਹ ਮਸਲਾ ਪੱਕ ਸਕਦਾ ਹੈ। ਖਾਸ ਮਹਿਮਾਨ ਸਾਡੇ ਨਾਲ ਜੁੜੇ ਨੇ, ਕੁਲਮੋਹਨ ਸਿੰਘ ਜੀ ਸਾਡੇ ਨਾਲ ਸਟੂਡੀਓ 'ਚ ਨੇ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹੈਗੇ ਤੇ ਉੱਘੇ ਸਿੱਖ ਵਿਚਾਰਕ ਹੈਗੇ। ਸਰ ਜੀ ਆਇਆਂ ਤੁਹਾਡਾ ਇਸ ਚਰਚਾ ਦੇ ਵਿੱਚ। ਇਸ ਤੋਂ ਇਲਾਵਾ ਹਰਦੀਪ ਸਿੰਘ ਜੀ ਸਾਡੇ ਨਾਲ ਨੇ, ਚੰਡੀਗੜ੍ਹ ਸਟੂਡੀਓ ਤੋਂ ਸਾਡੇ ਨਾਲ ਜੁੜੇ ਨੇ, ਐਸਜੀਪੀਸੀ ਦੇ ਮੈਂਬਰ ਨੇ। ਹਰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਜੀ ਆਇਆਂ ਇਸ ਚਰਚਾ ਦੇ ਵਿੱਚ। ਔਰ ਉਸ ਤੋਂ ਇਲਾਵਾ ਥੋੜ੍ਹੀ ਦੇਰ ਤੱਕ ਪਰਮਜੀਤ ਸਿੰਘ ਰਾਣੂ ਜੀ ਜੋ ਕਿ ਚੇਅਰਮੈਨ ਹੈਗੇ, ਅਧਿਅਕਸ਼ ਹੈਗੇ ਸਹਿਜਧਾਰੀ ਫੈਡਰੇਸ਼ਨ ਦੇ, ਉਹ ਵੀ ਸਾਡੇ ਨਾਲ ਜੁੜਨਗੇ। ਲੇਕਿਨ ਸਭ ਤੋਂ ਪਹਿਲਾਂ ਮੈਂ ਕੁਲਮੋਹਨ ਜੀ ਤੁਹਾਡੇ ਤੋਂ ਜਾਣਨਾ ਚਾਹਾਂਗਾ, 2011 'ਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ, ਚੋਣ ਹੋ ਗਈ ਸੀ ਔਰ ਚੋਣ ਹੋਣ ਤੋਂ ਬਾਅਦ ਉਹ ਜਿਹੜਾ ਹਾਊਸ ਇਲੈਕਟ ਹੋਇਆ ਸੀ ਐਸਜੀਪੀਸੀ ਦਾ, ਉਹਨੂੰ ਯਥਾ ਸਥਿਤੀ ਜਿਹਨੂੰ ਕਿਹਾ ਜਾਂਦਾ ਉਹ ਬਹਾਲ ਕਰ ਦਿੱਤੀ ਗਈ ਸੀ ਕੋਰਟ ਵੱਲੋਂ। ਲੇਕਿਨ ਇੱਕ ਵੱਡੀ ਗੱਲ, ਇੱਕ ਵੱਡਾ ਝਟਕਾ ਸਹਿਜਧਾਰੀਆਂ ਨੂੰ, ਇੱਕ ਵੱਡੀ ਰਾਹਤ ਐਸਜੀਪੀਸੀ ਨੂੰ ਕਿ ਉਹ ਬੋਰਡ ਇੱਕ ਵਾਰ ਫਿਰ ਤੋਂ ਬਹਾਲ ਹੋ ਗਿਆ ਤੇ ਸੁਚਾਰੂ ਰੂਪ ਨਾਲ ਆਪਣਾ ਕੰਮ ਕਰ ਸਕੇਗਾ। ਦੇਖੋ ਗੱਲ, ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦੇ ਰਾਹੀਂ ਇਹ ਗੱਲ ਕਹਾਂਗਾ ਕਿ ਇਹ ਸਿੱਖ ਧਰਮ ਦੀ ਜਿਹੜੀ ਫਿਲਾਸਫੀ ਦੀ ਗੱਲ ਕਰੀਏ ਜਾਂ ਸਿੱਖ ਵੋਟਰ ਦੀ ਜਦੋਂ ਗੱਲ ਕਰੀਏ, ਇਹ 1920 ਦਾ ਬਣਿਆ ਹੋਇਆ ਐਕਟ ਹੈ ਜਦੋਂ ਅੰਗਰੇਜ਼ ਦੇ ਵੇਲੇ ਬਣਾਇਆ ਗਿਆ ਸੀ ਔਰ ਉਦੋਂ ਗੁਰਦੁਆਰਿਆਂ 'ਤੇ ਕਾਫੀ ਸਾਰੇ
ਜਿਹਨੂੰ ਅਸੀਂ ਮਸੰਦ ਕਹਿ ਸਕਦੇ ਹਾਂ ਉਦੋਂ ਗੁਰਦੁਆਰਿਆਂ ਦੇ ਉੱਤੇ ਕਾਬਜ਼ ਸਨ ਤਾਂ ਉਸ ਵੇਲੇ ਇਸ ਚੀਜ਼ ਦੀ ਡੈਫੀਨੇਸ਼ਨ 'ਚ ਕੋਈ ਗਹਿਰਾਈ 'ਚ ਗਿਆ ਨਹੀਂ ਸੀ। ਲੇਕਿਨ ਇਹਦਾ ਸੁਧਾਰ ਜਿਹੜਾ ਹੈ 1971 ਦੇ ਦਿੱਲੀ ਗੁਰਦੁਆਰਾ ਕਮੇਟੀ ਦੇ ਐਕਟ ਵਿੱਚ ਇਹਨੂੰ ਬਿਲਕੁਲ ਸੁਧਾਰ ਕੇਂਦਰ ਸਰਕਾਰ ਨੇ ਕੀਤਾ, ਇਹ ਕੋਈ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਗੁਰਦੁਆਰਾ ਕਮੇਟੀ ਜਾਂ ਹੋਰ ਕਿਸੇ ਕਮੇਟੀ ਸਿੱਖ ਜਥੇਬੰਦੀ ਨੇ ਨਹੀਂ ਕੀਤਾ। ਇਹ ਕੀਤਾ ਫੈਸਲਾ ਜਿਹੜਾ ਹੈਗਾ ਇਹ ਪੂਰਾ ਦਾ ਪੂਰਾ ਫੈਸਲਾ 1971 ਕੇਂਦਰ ਸਰਕਾਰ ਦੇ ਅੰਦਰ ਜਿਹੜਾ ਦਿੱਲੀ ਗੁਰਦੁਆਰਾ ਕਮੇਟੀ ਦਾ 1971 ਦਾ ਐਕਟ ਪਾਸ ਕੀਤਾ ਉਹਦੇ 'ਚ ਉਹਨਾਂ ਸਿੱਖ ਦੀ ਪਰਿਭਾਸ਼ਾ ਦਿੱਤੀ ਕਿ ਉਹਦੇ ਅੰਦਰ ਤਿੰਨ ਗੱਲਾਂ ਕਹੀਆਂ ਸਨ, ਮੈਂ ਸ਼ਰਾਬ ਨਹੀਂ ਪੀਂਦਾ, ਮੈਂ ਸ਼ਰਾਬ ਨਹੀਂ ਪੀਂਦੀ ਨੰਬਰ ਵਨ, ਨੰਬਰ ਦੋ ਮੈਂ ਕੇਸਾਂ ਦੀ ਬੇਦਵੀ ਨਹੀਂ ਕਰਦਾ, ਮੈਂ ਕੇਸਾਂ ਦੀ ਬੇਦਵੀ ਨਹੀਂ ਕਰਦੀ, ਨੰਬਰ ਤਿੰਨ ਕਿ ਗੁਰੂ ਗ੍ਰੰਥ ਸਾਹਿਬ 10 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ 'ਚ ਮੇਰਾ ਨਿਸ਼ਚਾ ਹੈ। ਇਹ ਤਿੰਨ ਚੀਜ਼ਾਂ ਜਦੋਂ ਤੱਕ ਫਾਰਮ ਦੇ ਅੰਦਰ ਵੋਟਰ ਨਹੀਂ ਭਰਦਾ, ਆਪਣੀ ਸਹਿਮਤੀ ਨਹੀਂ ਦਿੰਦਾ, ਉਦੋਂ ਤੱਕ ਵੋਟ ਪਾਉਣ ਦਾ ਅਧਿਕਾਰੀ ਨਹੀਂ ਹੈ। ਤਾਂ ਇਹਦੇ ਅੰਦਰ ਕੀ ਹੈ ਕਿ ਸਮੇਂ ਦੇ ਲਿਹਾਜ਼ ਨਾਲ ਜਿਹੜੀਆਂ ਚੀਜ਼ਾਂ ਸਨ ਉਹ ਖੁੱਲ੍ਹ ਕੇ ਸਾਹਮਣੇ ਆਈਆਂ ਨੇ, ਔਰ ਅੱਜ ਇਹਨੂੰ ਵਿਸ਼ਾ ਜਿਹੜਾ ਹੈ ਉਹ ਵਿਸ਼ਾ ਇਹਨੂੰ ਇਸ ਤਰੀਕੇ ਨਾਲ ਨਾ ਬਣਾ ਕੇ ਇਹਨੂੰ ਰਾਜਨੀਤਿਕ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਜ ਤੁਹਾਡੇ ਵੀ ਟਾਈਟਲ ਜਿਹੜਾ ਵਾਰ ਵਾਰ ਆ ਰਿਹਾ ਕਿ ਬਈ ਸਿੱਖ ਰਾਜਨੀਤੀ ਦਾ ਕੀ ਅਸਰ ਪਏਗਾ, ਮੈਂ ਕਹਿੰਦਾ ਪਿਆ ਇਹ ਸਿੱਖਾਂ ਦੇ ਧਾਰਮਿਕ ਦਾ ਅੰਦਰ ਮਸਲਾ ਹੈ, ਇਸ ਨੂੰ ਰਾਜਨੀਤੀ ਵੱਲ ਨਹੀਂ ਖੜਨਾ ਚਾਹੀਦਾ ਇਹਦੇ ਅੰਦਰ, ਕਿਉਂਕਿ ਐਕਟ ਵਿੱਚ ਸਾਫ਼ ਲਿਖਿਆ ਕਿ ਸੁਪਰੀਮ ਕੋਰਟ ਨੇ, ਨਹੀਂ ਇੱਕ ਮਿੰਟ, ਸੁਪਰੀਮ ਕੋਰਟ ਦਾ ਜਿਹੜਾ ਜਨਰਲ ਹਾਊਸ ਹੈ ਉਹ ਅਥੋਰਾਈਜ਼ ਹੈ ਫੈਸਲਾ ਕਰਨ ਵਿੱਚ ਕਿ ਆਪ ਜੀ ਕੀ ਫੈਸਲਾ ਗੁਰਦੁਆਰਾ ਕਮੇਟੀ ਬਾਰੇ ਕਰਨਾ ਚਾਹੁੰਦੇ ਹੋ, ਉਹ ਫੈਸਲਾ ਕਰਕੇ ਕੇਂਦਰ ਸਰਕਾਰ ਨੂੰ ਭੇਜਣਾ। ਪਿੱਛੇ ਜਿਹਨੂੰ ਫੈਸਲਾ ਕਰਕੇ ਭੇਜਿਆ ਗਿਆ ਸੀ ਵਾਜਪੇਈ ਜੀ ਦੀ ਸਰਕਾਰ ਸੀ, ਉਸ ਵੇਲੇ ਉਹਦਾ ਇੱਕ ਆਰਡੀਨੈਂਸ ਕੀਤਾ ਗਿਆ, ਉਸ ਆਰਡੀਨੈਂਸ ਦੇ ਤਹਿਤ 6 ਮਹੀਨੇ ਦੇ ਅੰਦਰ ਪਾਰਲੀਮੈਂਟ 'ਚ ਪੇਸ਼ ਹੋਣਾ ਸੀ, ਜੋ ਕਿਸੇ ਕਾਰਨ ਸਰਕਾਰ ਜਾਣ ਕਰਕੇ ਉਹ 6 ਮਹੀਨੇ 'ਚ ਨਹੀਂ ਪੇਸ਼ ਹੋਇਆ, ਔਰ ਬਾਅਦ ਦੇ ਅੰਦਰ ਉਹਨੂੰ ਰਾਜਨੀਤਿਕ ਤੌਰ ਦੇ ਉੱਤੇ ਜਾਂ ਕਿਸੇ ਵਿਅਕਤੀਗਤ ਤੌਰ ਦੇ ਉੱਤੇ ਉਹਨੂੰ ਪੇਸ਼ ਕਰਕੇ ਤਾਂ ਉਹਦੇ ਉੱਤੇ ਅੜਚਨ ਪਾਈ ਗਈ। ਲੇਕਿਨ ਅੱਜ ਉਹ ਸਾਰੀ ਚੀਜ਼ਾਂ ਖੁੱਲ੍ਹ ਕੇ ਸਾਹਮਣੇ ਆ ਗਈਆਂ ਨੇ। ਲੇਕਿਨ ਸਹਿਜਦਾਰੀ ਫੈਡਰੇਸ਼ਨ ਵੱਲੋਂ ਲਗਾਤਾਰ ਕੁਲਮੋਹਨ ਸਿੰਘ ਜੀ ਇਹ ਗੱਲ ਕਹੀ ਜਾਂਦੀ ਹੈ ਕਿ ਇਹਦਾ ਅਸਰ ਜੀ ਪੰਜਾਬ ਦੀਆਂ ਚੋਣਾਂ 'ਚ ਵਿਖਾਈ ਦੇਗਾ, ਇੰਨੇ ਵੱਡੀ ਗਿਣਤੀ ਸਹਿਜਦਾਰੀ ਵੋਟਰ ਹੈਗੇ, ਜੇ ਸਾਨੂੰ SGPC 'ਚ ਵੋਟ ਰਾਈਟ ਨਹੀਂ ਹੈਗਾ ਤਾਂ ਫਿਰ ਪੰਜਾਬ ਦੀ ਜਿਹੜੀ ਚੋਣ ਹੋਣੀ ਹੈ ਵਿਧਾਨ ਸਭਾ ਦੀ ਉਹਦੇ 'ਚ ਅਸੀਂ ਦੱਸਾਂਗੇ ਕਿ ਕਿਵੇਂ ਚੋਣ ਕੀਤੀ ਜਾਂਦੀ ਹੈ, ਕਿਵੇਂ ਵੋਟਿੰਗ ਕੀਤੀ ਜਾਂਦੀ ਹੈ। ਇਸ ਕਰਕੇ ਆਪਾਂ ਕਹਿ ਰਹੇ ਹਾਂ ਕਿ ਸਹਿਜਦਾਰੀਆਂ ਦੇ ਮਸਲੇ 'ਤੇ ਸਿਆਸਤ ਹਰ ਵਾਰ ਹੁੰਦੀ ਹੈ ਚੋਣਾਂ ਤੋਂ ਪਹਿਲਾਂ। ਦੇਖੋ ਗੱਲ ਇਹ ਹੈ ਕਿ ਸਿਆਸਤ ਜਿਹੜਾ ਬੰਦਾ ਇਸ ਗੱਲ ਨੂੰ ਸਮਝ ਨਹੀਂ ਪਾ ਰਿਹਾ ਔਰ ਇਹ ਗੱਲ ਕਰ ਰਿਹਾ ਕਿ ਬਈ ਇਹਦੇ ਨਾਲ ਰਾਜਨੀਤੀ ਦੇ ਉੱਤੇ ਪੰਜਾਬ ਦੀ ਫਰਕ ਪਏਗਾ, ਮੈਂ ਜਾਣਦਾ ਸੱਚ ਜਾਣਿਓ ਇਹਦੇ 'ਤੇ ਕੋਈ ਅਸਰ ਪੰਜਾਬ ਦੇ ਅੰਦਰ ਨਹੀਂ ਪੈਣ ਵਾਲਾ, ਕਿਉਂਕਿ ਪੰਜਾਬ ਦਾ ਹਰ ਗੈਰ ਸਿੱਖ ਜਿਹੜਾ ਹੈ ਜਾਣਦਾ ਹੈ ਕਿ ਸਿੱਖ ਧਰਮ ਦੀਆਂ ਮਰਿਆਦਾਵਾਂ ਨੇ, ਹਰ ਧਰਮ ਦੀ ਇੱਕ ਆਪਣੀ ਮਰਿਆਦਾ ਹੁੰਦੀ, ਕੇਵਲ ਸਿੱਖ ਧਰਮ ਦੀ ਨਹੀਂ ਹੈ, ਇਸਲਾਮ 'ਚ ਆਪਣੀ ਮਰਿਆਦਾ, ਹਿੰਦੂ ਧਰਮ ਦਾ ਸਤਿਕਾਰ ਕਰਦੇ ਹਾਂ ਉਹਦੀਆਂ ਆਪਣੀ ਮਰਿਆਦਾ ਨੇ, ਔਰ ਕ੍ਰਿਸ਼ਨੈਰਿਟੀ ਦੀ ਆਪਣੀ ਮਰਿਆਦਾ ਨੇ, ਸਿੱਖ ਧਰਮ ਦੀ ਆਪਣੀਆਂ ਮਰਿਆਦਾਵਾਂ ਨੇ। ਉਹਨਾਂ ਮਰਿਆਦਾਵਾਂ ਦੇ ਗੱਲ ਮੈਨੂੰ ਨਹੀਂ ਲੱਗਦਾ ਕਿ ਕਿਸੇ ਗੈਰ ਸਿੱਖ ਨੇ ਅਜੇ ਤੱਕ ਜਾ ਕੇ ਇਹ ਗੱਲ ਕਹੀ ਹੋਵੇ ਕਿ ਮੈਨੂੰ ਗੁਰਦੁਆਰੇ ਜਾਣ ਤੋਂ ਕਦੀ ਰੋਕਿਆ ਗਿਆ ਜਾਂ ਗੁਰਦੁਆਰੇ ਦੇ ਧਰਮ ਦੇ ਇਕਾਦਤ ਕਰਨ ਤੋਂ ਕਦੀ ਰੋਕਿਆ। ਦੇਖੋ ਇਬਾਦਤ, ਫੇਥ ਅਤੇ ਵੋਟ ਇਹ ਅਲੱਗ ਅਲੱਗ ਚੀਜ਼ਾਂ ਨੇ, ਇਹਨੂੰ ਇਕੱਠਿਆਂ ਨਹੀਂ ਕਰਨ ਦੀ ਲੋੜ, ਕਿਉਂਕਿ ਜਿਹੜਾ ਬੰਦਾ ਇੱਕ ਆੜ ਲੈ ਕੇ ਰਾਜਨੀਤਿਕ ਕਿਤੇ ਲੋਕਾਂ ਦੀ ਸ਼ਾਇਦ ਚੁੱਕ ਦੇ ਉੱਤੇ ਗੱਲ ਕਰਕੇ ਸਿੱਖਾਂ ਦੇ ਔਰ ਹਿੰਦੂਆਂ ਦੇ ਔਰ ਦੂਜੇ ਲੋਕਾਂ ਦੇ ਵਿਚਕਾਰ ਕੋਈ ਵਿੱਥ ਕ੍ਰੀਏਟ ਕਰਨਾ ਚਾਹੁੰਦਾ, ਸੱਚ ਜਾਣਿਓ ਹਿੰਦੂ ਸਿੱਖ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਹੈ ਜਿਹਨੂੰ ਕਦੀ ਵੱਖਰਾ ਨਹੀਂ ਕੀਤਾ ਜਾ ਸਕਦਾ। ਇਹ ਭਾਰਤ ਮਾਂ ਦੀ ਸੱਜੀ ਅਤੇ ਖੱਬੀ ਅੱਖ ਹੈ, ਇਹਨੂੰ ਕਦੀ ਵਿਖਾਇਆ ਨਹੀਂ ਜਾ ਸਕਦਾ। ਬਾਕੀ ਰਹੀ ਧਰਮ ਦੇ ਪ੍ਰਬੰਧ ਦੀ ਗੱਲ, ਹਰ ਪ੍ਰਬੰਧ ਦੇ ਅੰਦਰ ਹਰ ਧਰਮ ਦੀਆਂ ਆਪਣੀਆਂ ਮਰਿਆਦਾਵਾਂ ਨੇ ਔਰ ਉਹਨਾਂ ਮਰਿਆਦਾਵਾਂ ਦੇ ਵਿਚਕਾਰ ਰਹਿ ਕੇ ਹੀ ਫੈਸਲੇ ਹੁੰਦੇ ਨੇ। ਸਿੱਖ ਧਰਮ ਦੀ ਮਰਿਆਦਾ ਹੈ ਕਿ ਕੇਸਾਧਾਰੀ ਸਿੱਖ ਹੋਣਾ ਚਾਹੀਦਾ ਹੈ ਔਰ ਉਹ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਤੋਂ ਇਲਾਵਾ ਕਿਸੇ ਹੋਰ ਨੂੰ ਨਾ ਮੰਨਦਾ ਹੋਵੇ ਔਰ ਉਹ ਕਿਸੇ ਵੀ ਤਰੀਕੇ ਦਾ ਨਸ਼ਾ ਨਾ ਕਰਦਾ ਹੋਵੇ। ਇਹਨਾਂ ਚੀਜ਼ਾਂ ਦੇ ਜਿਹੜਾ ਵਿਅਕਤੀ ਸਰੂਪ ਰੱਖ ਕੇ ਗੁਰੂ ਦਾ, ਗੁਰੂ ਕਲਗੀਧਰ ਪਾਤਸ਼ਾਹ ਦਾ ਦਿੱਤਾ ਹੋਇਆ ਸਰੂਪ ਰੱਖ ਕੇ, ਜੋ ਅਕਾਲ ਪੁਰਖ ਨੇ ਸਾਨੂੰ ਜਿਹੜਾ ਸਰੂਪ ਦਿੱਤਾ ਉਸ ਨੂੰ ਰੱਖ ਕੇ ਔਰ ਮਰਿਆਦਾਵਾਂ ਨੂੰ ਪਾਲਣਾ ਕਰਕੇ ਆਵੇ, ਵੋਟਰ ਵੀ ਬਣੇ, ਵੋਟਾਂ ਵੀ ਪਾਵੇ, ਪ੍ਰਬੰਧ ਵੀ ਕਰੇ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬਣੇ, ਸਿਆਸਤ ਕਰਨ ਦੀ ਇਹਦੇ 'ਚ ਕੀ ਲੋੜ ਪੈ ਗਈ? ਚਲੋ ਠੀਕ ਹੈ, ਹਰਦੀਪ ਸਿੰਘ ਜੀ ਵੀ ਲਗਾਤਾਰ ਸਾਡੇ ਨਾਲ ਜੁੜੇ ਨੇ, SGPC ਮੈਂਬਰ ਨੇ। ਹਰਦੀਪ ਜੀ, ਇੱਕ ਚੀਜ਼ ਮੈਂ ਜਾਣਨਾ ਚਾਹਾਂਗਾ, ਜਿਹੜਾ ਹਾਊਸ ਬਹਾਲ ਨਹੀਂ ਸੀਗਾ 2011 ਦੇ ਇੱਕ ਫੈਸਲੇ ਤੋਂ ਬਾਅਦ, ਹੁਣ ਉਹ ਵੀ ਕਹਿ ਦਿੱਤਾ ਗਿਆ ਕਿ ਹਾਊਸ ਵੀ ਬਹਾਲ ਹੋ ਜਾਏਗਾ SGPC ਦਾ, ਹੁਣ ਚੋਣ ਅਧਿਕਾਰ ਵੀ ਸਹਿਜਦਾਰੀਆਂ ਨੂੰ ਨਹੀਂ ਰਹੇਗਾ। ਇਹ ਮੈਂ ਜਾਣਨਾ ਚਾਹਾਂਗਾ ਕਿ ਪੰਜਾਬ ਦੀਆਂ ਚੋਣਾਂ 'ਤੇ ਜਾਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇੱਕ ਪ੍ਰਬੰਧ ਜਿਹੜਾ ਸਾਡਾ SGPC ਦਾ ਗੁਰਦੁਆਰਿਆਂ ਦਾ ਹੈਗਾ, ਕਿੰਨਾ ਕੁ ਵੱਡਾ ਅਸਰ ਇਸ ਫੈਸਲੇ ਦਾ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ? ਦੇਖੋ, ਜਿੱਥੋਂ ਤੱਕ ਰਹੀ ਗੱਲ ਕਿ ਇਸ ਗੱਲ ਦਾ ਕੋਈ ਰਾਜਨੀਤੀ ਦੇ ਉੱਤੇ ਅਸਰ ਪੈਣ ਦੀ ਗੱਲ, ਮੈਂ ਉਹਦੇ ਨਾਲ ਬਹੁਤਾ ਸਹਿਮਤ ਨਹੀਂ ਹਾਂ, ਕਿਉਂ ਹਾਲਾਂਕਿ ਜਦੋਂ ਇਹ ਫੈਸਲਾ ਹੋਇਆ ਅਤੇ ਕੁਛ ਪਾਰਟੀਆਂ ਕੋਸ਼ਿਸ਼ ਕਰਨਗੀਆਂ ਕਿ ਇਸ ਗੱਲ ਨੂੰ ਉਭਾਰਿਆ ਜਾਵੇ ਕਿ ਜੋ ਲੋਕ
जिन्होंने केस नहीं रखे ते ओ सिख धर्म नू मनन दा दावा करदे ने ते उन्हां नू अपना गुरुद्वारे दे प्रबंध तो दूर किया गया। कुछ एक पार्टियां इस गल नू उभार सकदियां ने पर मैं समझदा ये वाजब नहीं है। मैं हालांकि ना तो श्रोमणी गुरुद्वारा प्रबंधक कमेटी का जो मौजूदा निजाम है उस दे नाल निजी तौर से जुड़िया होया ना मैं श्रोमणी अकाली दल नाल संबंध रखदा पर इस दे बावजूद मैं कहना चाहूंगा कि जो सदा कुलमोहन सिंह होरां ने कहा है वह ठीक है कि इस गल नू धर्म नू जिहड़ा है वह राजनीति तो वखरियां लैके ते धार्मिक नजरिए नाल ही देखा जाना चाहिए। हालांकि अकाली दल खुद भी ऐसियां गलतियां करदा है लेकिन अज के दिन जो कोई होर करेगा तो वह भी गलत होगा। मैं इतने दूसरी गल कहनी चाहवा कि जिते गुरुद्वारा प्रबंध का सवाल है गुरुद्वारा प्रबंध के उत्ते श्रोमणी गुरुद्वारा प्रबंधक कमेटी की वर्किंग के उत्ते बहुत वड्डा असर पेगा। पिछली जो 2011 की चोन हुई है उस वक्त चोन तो कुछ रोज पहला इस केस नू तेजी दे नाल मुकम्मल करन दे लई जड़ा है उस सहतारी फ्रंट ने जड़ा हैगा कोर्ट दे विच एप्लीकेशन दायर कीती सी ते इलेक्शन चलदियां दे विच वी जड़ा है वो दो तीन वार अड़चन आई ते उस वक्त कोर्ट ने कहा कि जो इसका निर्णय होएगा वो जड़ा हैगा इलेक्शन दे उत्ते असर पाएगा पर इलेक्शन नू एज इट इज कंटिन्यू देन दिता जावे। इलेक्शन हो गई, इलेक्शन तो बाद जड़े इलेक्टेड मैंबर सन 170 उन्हां दी नोटिफिकेशन भी होगी। नोटिफिकेशन तो अगला प्रोसेस जिहड़ा हुंदा है वह है 15 मैंबर की कोऑप्शन, वो कोऑप्शन भी हो गई ते कोऑप्शन दे दी भी नोटिफिकेशन भी होगी। मेरे कहने का भाव कि 170 प्लस 15 यह 185 का कंप्लीट हाउस बन के कंप्लीट हाउस नोटिफाई हो चुका है ते पांच जिहड़े मैंबर्स ने वो तख्तां दे हैड मिनिस्टर्स ने वो रहिंदे ने सो कंप्लीट हाउस हो चुके है। लेकिन इस दे नाल नाल उदों ही हाईकोर्ट की डायरेक्शन आ गई है, डिसीजन आ गया ते हाईकोर्ट ने यह कहा कि जिहड़ी सहधारी वोटर जिहड़ी है जिहड़े हैगे ने उन्हां दा हक जिहड़ा है उस तो उसनू तब्दील किया गया जिहड़ी यह एक अमेंडमेंट दे राही किया गया ते इस तब्दीली दे दौरान जिहड़ा हैगा जो प्रोसीजर है वह अख्तियार नहीं किया गया भाव कि यह जे तब्दीली करनी है ते ओ एक पार्लीमेंट्री एक्ट होने के नाते पार्लीमेंट तो होनी चाहिए है जेड़ा कि नहीं किया गया। इस वजह करके उन्होंने कहा कि इस अमेंडमेंट नू गैर वाजिब ठहराया। इस दे नाल नाल की होया कि उन्होंने कहा कि जदों तक कोई डिसीजन नहीं होंदा उदों तक इस दे उत्ते स्टे लगाई जाती है ते सुप्रीम कोर्ट के फिर उस वक्त SGPC चली गई इस केस नू लेके। इन बिटवीन जिहड़ी एक डिवेलपमेंट हुई है कि पार्लीमेंट ने इस एक्ट इस जिहड़ी अमेंडमेंट है उसनू प्रवानगी देती राज्यसभा ते लोकसभा दे विच बट अज दा जिहड़ा डिसीजन है वह मेरी समझ मुताबिक इउं है कि पार्लीमेंट जो सुप्रीम कोर्ट ने वो जिहड़ी स्टे सी उसनू वकेट किया है और नाल उचेचे तौर ते गल कही है कि सिख कौन है कौन नहीं है ਇਹ ਇੱਕ ਧਾਰਮਿਕ ਮੁੱਦਾ ਹੈ ਇਸ ਦੇ ਉੱਤੇ ਅਸੀਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ। ਸੁਪਰੀਮ ਕੋਰਟ ਨੇ ਹੁਣ ਵੀ ਇਹੀ ਕਿਹਾ ਹੈ ਬਿਲਕੁਲ ਔਰ ਹਾਈ ਕੋਰਟ ਨੇ ਵੀ ਐਸਾ ਹੀ ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਜਿਹੜਾ ਹੈ ਕਿਉਂਕਿ ਇਸ ਅਮੈਂਡਮੈਂਟ ਨੂੰ ਤੁਸੀਂ ਪ੍ਰੋਸੀਜਰ ਨਹੀਂ ਅਖਤਿਆਰ ਕੀਤਾ ਪਾਰਲੀਮੈਂਟ ਨਹੀਂ ਲੈ ਕੇ ਗਏ ਇਸ ਕਰਕੇ ਅਸੀਂ ਇਸ ਦੇ ਉੱਤੇ ਸਟੇ ਕਰਦੇ ਹਾਂ। ਹਾਈ ਕੋਰਟ ਨੇ ਵੀ ਇਹੀ ਗੱਲ ਕਹੀ ਸੀ ਕਿ ਅਸੀਂ ਸਿੱਖ ਕੌਣ ਹੈ ਜਾਂ ਕੌਣ ਨਹੀਂ ਹੈ ਇਸ ਦੇ ਉੱਤੇ ਸਿੱਖਾਂ ਨੂੰ ਪਰਿਭਾਸ਼ਿਤ ਸਿੱਖ ਕੌਮ ਨੂੰ ਪਰਿਭਾਸ਼ਿਤ ਕਰਨ ਦੀ ਵੀ ਗੱਲ ਆ ਰਹੀ ਸੀ ਕਿ ਬਿਲਕੁਲ ਇੱਕ ਮਾਫੀ ਦੇ ਨਾਲ ਤੁਹਾਨੂੰ ਰੋਕ ਰਿਹਾ ਇੱਕ ਬ੍ਰੇਕ ਲਈ ਮੈਨੂੰ ਹਰਦੀਪ ਜੀ ਇੱਥੇ ਰੁਕਣਾ ਪੈ ਰਿਹਾ ਹੈ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੇ ਪਰਮਜੀਤ ਸਿੰਘ ਰਾੜੂ ਜੀ ਵੀ ਸਾਡੇ ਨਾਲ ਜੁੜ ਜਾਣਗੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਆ ਸੁਪਰੀਮ ਕੋਰਟ 'ਚ ਕੀ ਕੁਝ ਹੋਇਆ ਕਿਹਨੂੰ ਉਹ ਝਟਕਾ ਮੰਨਦੇ ਨੇ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਕਿ ਹੋਰ ਉਹਨਾਂ ਨੂੰ ਲੱਗਦਾ ਹੈ ਕਿ ਉਮੀਦ ਚੁੱਕੀ ਸੁਪਰੀਮ ਕੋਰਟ ਨੇ ਜੋ ਗੱਲ ਕਹੀ ਹੈ ਕਿ ਤੁਸੀਂ ਜਿਹੜਾ ਅਮੈਂਡਮੈਂਟ ਹੈਗਾ ਉਹਨੂੰ ਲੈ ਕੇ ਚੁਣੌਤੀ ਦੇ ਸਕਦੇ ਹੋ ਇਹਦੇ 'ਤੇ ਵੀ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ।